मंगलवारे ले माहीत पंच चोर की जाने रीत। मंगलवार कहते ने जे खुशियां खेड़े हो गए अंदर ता मंगल है। ਆਪਾਂ ਕਹਿੰਦੇ ਆਨੰਦ ਮੰਗਲ, ਮੰਗਲ ਹੁੰਦਾ ਖੁਸ਼ੀਆਂ ਖੇੜੇ ਦਾ ਨਾਮ। ਮੰਗਲਵਾਰ ਨੂੰ ਮਾੜਾ ਬੰਦੇ ਨੇ, ਮੰਗਲਵਾਰ ਮਾੜਾ ਹੁੰਦਾ। ਮੰਗਲ ਤਾਂ ਚੰਗੀ ਚੀਜ਼ ਹੈ, ਖੁਸ਼ੀ ਦਾ ਪ੍ਰਤੀਕ, ਖੁਸ਼ੀ ਦਾ ਪ੍ਰਤੀਕ ਹੈ। ਇਹ ਕਹਿੰਦਾ ਮੰਗਲਵਾਰ ਮਾੜਾ ਹੁੰਦਾ। ਅੱਜ ਮੰਗਲਵਾਰ ਹੈ, ਮੰਗਲਵਾਰ ਨੂੰ ਉਹ ਨਹੀਂ ਕਰਨਾ, ਮੰਗਲਵਾਰ ਨੂੰ ਉਹ ਨਹੀਂ ਕਰਨਾ। ਮੰਗਲਵਾਰ ਅਸਲ ਦੇ ਵਿੱਚ ਤਾਂ ਹੈ, ਤਾਂ ਮੰਨੋ ਮੰਗਲਵਾਰ ਹੈਗਾ ਜੇ ਮਹੱਤਵ ਤਾਂ ਹੈ ਮੰਗਲਵਾਰ ਦਾ। ਆਪਾਂ ਕਹੀਏ ਅੱਜ ਮੰਗਲਵਾਰ ਹੈ, ਮੰਗਲਵਾਰ ਦਾ ਤਾਂ ਹੈ। ਸ਼ਰਤ ਕੀ ਹੈ ਉਹਦੀ? ਮਹੱਤਵਤਾ ਹੈ। ਮਹੀਤ ਲੈ ਮਹੀਤ, ਹਾਂ ਮਹੀਤ ਮਹੱਤਵਤਾ ਹੈ। ਪੰਜ ਚੋਰ ਕੀ ਜਾਣੇ ਰੀਤ, ਪੰਜੇ ਬਕਾਰਾਂ ਨੂੰ ਸਮਝ ਲਵੇ ਜੇ ਮੰਗਲਵਾਰ ਵਾਲੇ ਦਿਨ, ਇਹਨਾਂ ਨੂੰ ਨਾ ਨਿਕਲ ਦੇਵੇ ਕਿਸੇ ਪਾਸੇ। ਜਿੱਥੇ ਦੀ ਨਿਕਲੇ ਉੱਥੇ ਦੀ ਗੱਲ ਤੇ ਫੜ ਲਵੇ, ਫਿਰ ਤਾਂ ਹੀ ਮੰਗਲ ਹੋਊਗਾ। ਨਹੀਂ ਮੰਗਲ ਗੱਲ ਹੈ, ਮੁੱਗਲ ਕਾਲ ਤਾਂ ਫਸਾ ਦੇਣਗੇ ਕਿਤੇ ਨਾ ਕਿਤੇ। ਲੋਭ ਦੇ ਪਾਸ ਬਹਿ ਗਿਆ ਘਾਟਾ ਪਾ ਦੂਗੇ ਤੇ ਕੋਈ ਕੰਮ ਕਰਕੇ ਇਹ ਜਾ। ਕ੍ਰੋਧ ਦੇ ਪਾਸ ਹੋ ਗਿਆ ਖਬਰ ਹੈ ਕੀ ਖੂਹ ਪੱਟ ਦੇਵੇ, ਕਿਸੇ ਨਾਲ ਲੜ ਪਵੇ। ਆਵੇ ਗੁੱਸੇ ਜਾ ਕੇ ਕੀ ਕਰ ਲਵੇ, ਗੁੱਸੇ ਜਾ ਕੇ ਫਾਂਸੀ ਲਾ ਲੈਂਦੇ, ਗੋਲੀ ਨਿਵਾਰ ਲੈਂਦੇ, ਤੇ ਘਰ ਚ ਮੰਗਲ ਰਹਿ ਜਾਊਗਾ। ਮੰਗਲ ਰਹਿ ਜੂ ਘਰ ਚ, ਘਰ ਦਾ ਪੈ ਜਾਊਗਾ ਤਾਂ ਵੇਜਰ। ਹਾਂ, ਇਹ ਪੰਜ ਚੋਰ ਦੀ ਰੀਤ ਜਾਣ ਲਵੇ ਨਾ, ਇਹਨਾਂ ਦੀ ਸਮਝ ਆ ਜਾਵੇ ਵੀ ਇਹਨਾਂ ਨੂੰ ਕਾਬੂ ਕਿਵੇਂ ਕਰਨਾ ਹੈ। ਤਾਂ ਮੰਗਲਵਾਰ ਉਦਣ ਹੈ, ਵੈਸੇ ਮੰਗਲਵਾਰ ਨਹੀਂ ਹੈ। ਸਾਰੀ ਜ਼ਿੰਦਗੀ ਮੰਗਲਵਾਰ ਹੋਣਾ ਹੀ ਨਹੀਂ, ਮੰਗਲ ਨਹੀਂ ਜਦ ਹੋਣਾ ਤਾਂ ਮੰਗਲਵਾਰ ਕਿੱਥੋਂ ਆ ਗਿਆ? ਮੰਗਲ ਦੀ ਬਾਰੀ, ਆਨੰਦ ਮੰਗਲ ਦੀ ਬਾਰੀ। ਬਾਰੀ ਤਾਂ ਹੀ ਆਊ ਜੇ ਮੰਗਲ ਹੋਊਗਾ। ਆਨੰਦ ਪਿਆ ਮੇਰੀ ਮਾਏ ਸਤਿਗੁਰੂ, ਉਹ ਆਨੰਦ ਨੂੰ ਮੰਗਲ ਕਹਿੰਦੇ ਨੇ। ਜਿਹਨੂੰ ਆਨੰਦ ਕਿਹਾ ਹੋਇਆ ਨਾ, ਉਹਨੂੰ ਮੰਗਲ ਕਹਿੰਦੇ ਨੇ। ਆਨੰਦ ਦੇ ਨਾਲ ਮੰਗਲ ਵੀ ਲਾਉਂਦੇ ਨੇ ਨਾ, ਆਨੰਦ ਨਾਲ ਮੰਗਲ ਲਾਉਂਦੇ ਨਾ। ਆਨੰਦ ਮੰਗਲ ਕੋਈ ਗੱਲ ਹੁੰਦੀ ਹੈ? ਆਨੰਦ ਕਿਹਾ ਜਾ ਆਨੰਦ, ਮੰਗਲ ਵਾਲਾ ਆਨੰਦ, ਖੁਸ਼ੀਆਂ ਖੇੜਿਆ ਵਾਲਾ। ਇੱਕ ਜਾਣੇ ਦਾ ਆਨੰਦ ਹੁੰਦਾ, ਮੰਗਲ ਹੁੰਦਾ। ਵੀਰ ਮਾਣ ਦਾ ਵੀ ਨਾਲ, ਸੱਜਣਾ ਮਿੱਤਰਾਂ ਦਾ ਵੀ ਨਾਲ, ਸਾਰੀ ਕੋਲ ਦਾ। ਹੁਣ ਘਰ ਕਿਸੇ ਦੇ ਵਿਆਹ ਹੈ, ਚਲੋ ਕਿਸੇ ਦੇ ਕੋਈ ਔਲਾਦ ਨਹੀਂ ਸੀ, ਬੁੱਢਾ ਨਹੀਂ ਸੀ, ਬਹੁਤ ਕੁੜੀਆਂ ਹੀ ਸੀਆਂ ਕਈ, ਬਹੁਤ ਬੜਾ ਤਕੜਾ ਘਰ ਸੀ। ਉਹਨਾਂ ਦੇ ਕੋਈ ਕੁਦਰਤ ਨੇ ਬੱਚਾ ਦੇ ਦਿੱਤਾ, ਬੁੱਢਾ ਦੇ ਦਿੱਤਾ, ਕਿੰਨੇ ਏਰੀਏ ਦੇ ਵਿੱਚ ਉਹਦਾ ਖੁਸ਼ੀਆਂ ਹੋ ਜਾਂਦੀਆਂ। ਉਹ ਮੰਗਲ ਹੈ। ਬਹੁਤੇ ਜਾਣਿਆਂ ਨੂੰ ਹੋਵੇ, ਸੰਬੰਧੀਆਂ ਨੂੰ ਵੀ ਖੁਸ਼ੀ ਹੋਵੇ, ਆਪ ਨੂੰ ਤਾਂ ਹੋਵੇ ਹੀ ਹੋਵੇ। ਜਿਹੜੀ ਕੁੱਲ 'ਚ ਭਗਤ ਪੈਦਾ ਹੁੰਦਾ, ਸਾਰੀ ਕੁੱਲ ਦਾ ਹੀ ਮੰਗਲ ਹੋ ਜਾਂਦਾ। ਜਿਹੜੀ ਕੁੱਲ ਦੇ ਵਿੱਚ ਭਗਤ ਹੋ ਜਾਂਦਾ ਨਾ, ਸਾਰੀ ਕੁੱਲ ਨੂੰ ਖੁਸ਼ੀ ਹੋ ਜਾਂਦੀ। ਜਿਹੜੇ ਪਿੰਡ ਦਾ ਕੋਈ ਬੰਦਾ ਸਿਰ ਕੱਢ ਕਿਸੇ ਗੱਲ 'ਚੋਂ ਵੀ ਹੋਵੇ, ਕੋਈ ਭਲਵਾਨੀ 'ਚੋਂ ਹੋਵੇ, ਕਾਸੇ 'ਚੋਂ ਵੀ ਹੋਵੇ, ਭੱਜਣ 'ਚ ਹੋਵੇ, ਖੇਡਾਂ 'ਚ ਹੋਵੇ, ਉਹ ਸਾਰੇ ਪਿੰਡ ਨੂੰ ਖੁਸ਼ੀ ਹੁੰਦੀ ਹੈ। ਸਾਡੇ ਪਿੰਡ ਦਾ ਵਰਲਡ ਲੈਵਲ ਤੇ ਇੱਕ ਦੇਸ਼ ਦਾ ਹੋਵੇ, ਦੇਸ਼ ਨੂੰ ਖੁਸ਼ੀ ਹੁੰਦੀ ਹੈ, ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਦੇਸ਼। ਉਹ ਮੰਗਲ ਤਾਂ ਹੈ ਜੇ ਸਾਰਿਆਂ ਨੂੰ ਹੋਵੇ। ਕਈ ਐਸੇ ਕੰਮ ਨੇ ਜਿਹਦੀ ਸਾਰੀ ਵਰਲਡ ਨੂੰ ਖੁਸ਼ੀ ਹੁੰਦੀ ਹੈ। ਕੋਈ ਐਸਾ ਅਵਿਸ਼ਕਾਰ ਕੋਈ ਕਰ ਲਵੇ, ਕੋਈ ਸਾਇੰਸਦਾਨ ਕੋਈ ਐਸੀ ਚੀਜ਼ ਖੋਜ ਲਵੇ, ਦਵਾਈ ਖੋਜ ਲਵੇ ਜਿਹੜੀ ਕਿ ਦਵਾਈ ਬਹੁਤ, ਕੋਈ ਐਸੀ ਬਿਮਾਰੀ ਹੋਵੇ ਲਾ ਇਲਾਜ, ਕਿੰਨੇ ਲੋਕਾਂ ਨੂੰ ਉਹਦੀ ਖੁਸ਼ੀ ਹੁੰਦੀ ਹੈ। ਜਿਹਨੇ ਬਿਮਾਰ ਨੇ ਉਹਦਾ ਹੈ ਖੁਸ਼ੀ ਹੋਊਗੀ, ਜਿਹੜੇ ਨਹੀਂ ਬਿਮਾਰ ਉਹਨਾਂ ਨੂੰ ਵੀ ਹੁੰਦੀ ਹੈ। ਕੀ ਪਤਾ ਕਿਸ ਆਦਮੀ ਨੂੰ ਕਿਹੜੇ ਵੇਲੇ ਬਿਮਾਰੀ ਲੱਗ ਜਾਣੀ। ਇਹ ਸਾਰੀਆਂ ਬਿਮਾਰੀਆਂ ਦਾ ਇਲਾਜ ਜਿੱਦਣ ਆ ਗਿਆ ਮੰਗਲਵਾਰ ਹੈ। ਬਿਮਾਰੀਆਂ ਨੇ ਨਾ ਇਹ ਸਾਰੇ, ਜਿਹੜੇ ਚੋਰ ਨੇ ਬਿਮਾਰੀਆਂ ਪੈਦਾ ਕਰਦੇ ਨੇ। ਹਉਮੈ ਰੋਗ ਹੈ ਨਾ, ਹਉਮੈ ਰੋਗ ਦੀ ਜਿਹਨੂੰ ਦਵਾਈ ਬੁੱਝ ਲਈਏ ਨੇ, ਉਦੋਂ ਮੰਗਲਵਾਰ। ਜਿੱਦਣ ਇਹਨੂੰ ਨਾਮ ਦੀ ਸਮਝ ਆ ਗਈ ਉਦੋਂ ਮੰਗਲਵਾਰ ਹੈ। ਨਾਮ ਦੀ ਸਮਝ ਆ ਗਈ, ਸਿਰਫ ਜੋ ਪ੍ਰਾਪਤੀ ਨਹੀਂ ਹੋਈ ਜਾਏ ਨਾਮ ਦੀ, ਨਾਮ ਦੀ ਪ੍ਰਾਪਤੀ ਨਹੀਂ ਹੈ ਜੋ ਹੋਈ। ਜਿੱਦਣ ਸਮਝ ਵੀ ਆ ਗਈ ਨਾਮ ਕੀ ਹੁੰਦਾ, ਉਦੋਂ ਮੰਗਲਵਾਰ ਹੈ। ਉਹਦੇ ਬਾਅਦ ਤਾਂ ਫਿਰ ਨਾਮ ਇਕੱਠਾ ਕਰੋ। ਅਜੇ ਉਹਦਾ ਨਾਮ ਨਹੀਂ ਸਮਝਿਆ ਨਹੀਂ ਕਿਸੇ ਨੂੰ ਵੀ ਨਾਮ ਹੁੰਦਾ ਕੀ ਹੈ। ਜਿਹਨੂੰ ਨਾਮ ਦੀ ਸਮਝ ਆ ਗਈ ਉਹਨੂੰ ਮੁਕਤੀ ਵੀ ਮਿਲ ਗਈ, ਉਹਨੂੰ ਜਨਮ, ਉਹਨੂੰ ਚਾਰੇ ਪਦਾਰਥ ਮਿਲ ਗਏ। ਜਿਹਨੂੰ ਨਾਮ ਦੀ ਸਮਝ ਨਹੀਂ ਆਈ ਚਾਹੇ ਸਾਰੀ ਜ਼ਿੰਦਗੀ ਉਹਨੇ ਭਗਤੀ ਕੀਤੀ ਉਹਨੂੰ ਕੱਖ ਨਹੀਂ ਮਿਲਿਆ, ਮਿਲਿਆ ਨਹੀਂ ਉਹਨੂੰ ਕੁਛ। ਰਹਿਣ ਬਿਹਾਣੀ ਪਛੋਤਾਣੀ ਉੱਠ ਚੱਲੀ ਗਈ ਦਰਾਸ, ਸਾਰੀ ਜ਼ਿੰਦਗੀ ਬੀਤ ਗਈ। ਰਹਿਣ ਬਿਹਾਣੀ ਪਛੋਤਾਣੀ, ਪੈਸਾ ਜੋ ਮਿਲਿਆ ਤਾਂ ਕੁਛ ਨਹੀਂ, ਉੱਠ ਚੱਲੀ ਗਈ ਦਰਾਸ। ਉਹਦੀ ਇਹ ਗੱਲ ਚਾਹੇ ਭਗਤੀ ਹੋ ਗਈ, ਕਬੀਰ ਨੂੰ ਕੀ ਮਿਲਿਆ ਸੀ? ਕੁਛ ਨਹੀਂ, ਉਹ ਤਾਂ ਮਿਲ ਗਿਆ ਕੁਦਰਤੀ, ਚਲਿਆ ਗਿਆ ਉੱਥੇ। ਖਬਰਾਂ ਕਿੰਨਾ ਕਬੀਰ ਵਰਗੇ ਹੋਏ ਹੋਣੇ ਨੇ ਇਹਨਾਂ ਨੂੰ ਮਿਲਿਆ ਹੀ ਨਹੀਂ, ਉਹ ਦੂਏ ਜਨਮ 'ਚ ਮਿਲਿਆ ਹੋਊ, ਬਾਅਦ 'ਚ ਪਿੱਛੋਂ ਮਿਲਿਆ ਹੋਊ ਕਬੀਰ ਤੇ ਪਤਾ ਲੱਗੇ। ਹਾਂਜੀ, ਮੰਗਲਵਾਰੇ ਲੈ ਮਹੀਤ, ਮਹੀਤ ਮਹੱਤਵ, ਪੰਜ ਚੋਰ ਕੀ ਜਾਣੇ ਰੀਤ, ਪੰਜ ਚੋਰ ਕੀ ਜਾਣੇ ਰੀਤ। ਆ ਪੰਜਾਂ ਵਕਾਰਾਂ ਦੀ ਰੀਤ ਜਾਣ ਲਵੇ ਨਾ, ਇਹਨਾਂ ਨੂੰ ਕਾਬੂ ਕਿਵੇਂ ਕਰਨਾ, ਇਹ ਕੀ ਨੁਕਸਾਨ ਕਰਨਗੇ, ਇਹਨਾਂ ਦੇ ਨੁਕਸਾਨ ਤੋਂ ਅਸੀਂ ਕਿਵੇਂ ਬਚਣਾ। ਦੁਸ਼ਮਣ ਦੇ ਵਾਰ ਦੀ ਸਮਝ ਹੋਵੇ ਤੇ ਉਹਨਾਂ ਦੇ ਰੁਕਾਵਟ ਦੀ ਸਮਝੋ, ਇਹ ਉਹ ਸਾਡਾ ਨੁਕਸਾਨ ਨਹੀਂ ਕਰ ਸਕਦੇ। ਬਸ ਜਦੋਂ ਇਹ ਪਤਾ ਲੱਗ ਗਿਆ ਖਤਰਾ ਹੀ ਨਹੀਂ ਰਿਹਾ ਉਹਨਾਂ ਤੋਂ। ਘਰ ਛੋਟੇ ਬਾਹਰ ਜਨ ਜਾਏ, ਨਾਤਰ ਖਰਾ ਰਿਸੇ ਹੈ ਰਾਏ। ਘਰ ਛੋਟੇ ਬਾਹਰ ਜਨ ਜਾਏ, ਨਾਤਰ ਖਰਾ ਰਿਸੇ ਹੈ ਰਾਏ। ਜਦੋਂ ਘਰ ਛੱਡ ਕੇ ਕੋਈ ਬਾਹਰ ਜਾਊਗਾ, ਜੇ ਸੁਰਤ ਘਰ ਛੱਡ ਕੇ ਬਾਹਰ ਜਾਊਗੀ, ਫਿਰ ਹਰ ਰਾਏ ਦਾ ਗੁੱਸੇ ਹੋਣਾ ਤਾਂ ਜਾਇਜ਼ ਹੈ। ਘਰੋਂ ਛੱਡ ਕੇ ਜੇ ਬਾਹਰ ਜਾਊ ਕੋਈ ਤੇ ਹਰ ਰਾਏ ਦਾ ਤਾਂ ਨਾਰਾਜ਼ ਹੋਣਾ ਕੁਦਰਤੀ ਗੱਲ। ਆਦਮੀ ਨੇ ਬਾਹਰੋਂ ਆਉਂਦੇ ਨੇ, ਔਰਤਾਂ ਜੇ ਘਰ ਨਾ ਆਉਣ ਤਾਂ ਨਾਰਾਜ਼ ਹੋ ਜਾਂਦਾ, ਬਾਅਦ ਦੇ ਵਿੱਚ ਪਤਾ ਲੱਗਦਾ ਚਾਹੇ ਵੀ ਕੀ ਸੀ, ਇੱਕਦਮ ਤਾਂ ਉਹ ਨਾਰਾਜ਼ ਹੁੰਦਾ ਵੀ ਅਸੀਂ ਬਾਹਰੋਂ ਆਉਂਦੇ ਤੁਸੀਂ ਘਰੇ ਨਹੀਂ। ਇਹਦਾ ਮਤਲਬ ਕੀ ਪਤਾ ਸਾਰਾ ਦਿਨ ਨਾਲ ਵਰਦੀਆਂ ਹੋ, ਉਹ ਤਾਂ ਬਾਅਦ ਦੀ ਗੱਲ ਹੈ ਨਾ। ਉਹਦਾ ਨਾਰਾਜ਼ ਹੋਣਾ ਤਾਂ ਕਹਿੰਦੇ ਜਾਇਜ਼, ਆਹੀ ਗੱਲ ਹੈ ਨਾਰਾਜ਼ ਹੋਣ ਦੀ ਹਰ ਰਿਸਲ ਦਾ। ਜੇ ਕੋਈ ਘਰੋਂ ਬਾਹਰ, ਇਹ ਇੱਥੇ ਦੁਨਿਆਵੀ ਸੱਚ ਹੈ, ਤਾਂ ਦੁਨਿਆਵੀ ਸੱਚ ਹੈ ਉਹ ਕਲੈਰੀਫਿਕੇਸ਼ਨ ਦੇ ਨਾਲ ਭਾਵੇਂ ਉਹ ਠੰਡਾ ਹੋ ਜਾਵੇ, ਪਰ ਇੱਕ ਵਾਰ ਤਾਂ ਬੋਲੂ ਨਾ। ਇੱਥੇ ਤਾਂ ਕੋਈ ਲੋੜ ਹੀ ਨਹੀਂ ਬਾਹਰ ਜਾਣ ਦੀ, ਸਮਾਂ ਇੱਥੇ ਤਾਂ ਬਾਹਰ ਜਾਣ ਦੀ ਲੋੜ ਨਹੀਂ, ਬਾਹਰ ਤਾਂ ਮਨਾ ਕੀਤਾ ਹੈ, ਬਾਹਰ ਜਾਣਾ ਤਾਂ ਮਨਾ ਹੈ। ਹਾਂਜੀ, ਬਾਹਰ ਕੁਸੰਗ ਹੈ, ਬਾਹਰ ਤਾਂ ਕੁਸੰਗ ਹੈ। ਘਰ ਛੋਟੇ ਬਾਹਰ ਜਿਨ ਜਾਏ, ਘਰ ਛੱਡ ਕੇ ਬਾਹਰ ਜਾਵੇ, ਨਾਦਰ ਖਰਾ ਰਿਸ਼ੇ ਹੈ ਰਾਏ। ਜਿਹਦੇ ਘਰ ਸਭ ਕੁਝ ਹੈ ਬਾਹਰ ਜਾਵੇ ਕਿਉਂ? ਜਿਹੜੇ ਹੁਣ ਬੜੇ ਬੜੇ ਆਦਮੀ ਹੁੰਦੇ ਨੇ ਉਹਨਾਂ ਦੇ ਘਰ ਭਾਵੇਂ ਕੋਈ ਆਵੇ ਮਿਲਣ, ਉਹ ਨਹੀਂ ਜਾਂਦੇ। ਮਿਨਿਸਟਰ ਵਗੈਰਾ ਨੇ ਉਹਨਾਂ ਨੂੰ ਮਿਲਣ ਜਾਂਦੇ ਲੋਕ, ਉਹ ਤਾਂ ਨਹੀਂ ਜਾਂਦੇ ਕਿਸੇ ਦੇ ਘਰ। ਉਹ ਵੋਟਾਂ ਨੂੰ ਭਾਵੇਂ ਚਲੇ ਜਾਣ ਲੋਕ, ਉੱਧਰ ਉਹਨਾਂ ਨੂੰ ਲੋੜ ਹੁੰਦੀ ਹੈ, ਉੱਧਰ ਉਹਨਾਂ ਨੂੰ ਲੋੜ ਹੁੰਦੀ ਹੈ। ਉਹ ਤਾਂ ਜਿਹਨੇ ਕੰਮ ਕਰਾਉਣਾ ਉਹੀ ਜਾਂਦਾ ਉਹਦੇ ਕੋਲ। ਨਹੀਂ ਤਾਂ ਨਾਤਰ ਖਰਾ ਰਿਸ਼ੇ ਹੈ ਰਾਏ। ਹਾਂ ਨਹੀਂ, ਉਹਦਾ ਜੇ ਹੁਣ ਘਰ ਛੱਡ ਕੇ ਬਾਹਰ ਜਾਊ ਉਹਦਾ ਫਿਰ ਨਾਰਾਜ਼ ਹੋਣਾ ਜਾਇਜ਼ ਹੈ। ਉਹਦਾ ਹੋਊਗਾ ਹੀ ਨਾਰਾਜ਼ ਵੀ, ਜੇ ਤੈਨੂੰ ਘਰ ਸਭ ਕੁਝ ਮਿਲਦਾ ਤੇਰਾ ਬਾਹਰ ਜਾਣ ਦਾ ਕੀ ਮਤਲਬ? ਬਾਹਰ ਕਿਹੜੀ ਚੀਜ਼ ਜਿਹੜੀ ਬਾਹਰ ਲਿਆਉਣੀ ਆ ਉਹ ਤਾਂ ਬੁਰੀ ਚੀਜ਼ ਹੈ। ਬਾਹਰੋਂ ਤਾਂ ਗੰਦਗੀ ਆਊਗੀ, ਬਾਹਰੋਂ ਉਲਟਾ ਖਿਆਲ ਲੈ ਕੇ ਆਊ, ਅੱਖਾਂ ਦੇ ਤਈ ਚਾਕੂ ਤਾਂ ਕੋਈ ਇੱਛਾ ਪੈਦਾ ਕਰਕੇ ਆਊ। ਬੱਚਿਆਂ ਨੂੰ ਅਸੀਂ ਬੁਰੀ ਸੰਗਤ ਕਿਉਂ ਨਹੀਂ ਜਾਣ ਦਿੰਦੇ? ਉੱਥੋਂ ਕੋਈ ਉਲਟੀ ਚੀਜ਼ ਸਿੱਖ ਕੇ ਆਊ, ਬਾਹਰ ਜਾਊ ਤਾਂ ਉਲਟੀ ਚੀਜ਼ ਕੋ ਸਿੱਖ ਕੇ ਆਊ। ਕੰਨਾਂ 'ਚ ਕੋਈ ਬਾਹਰ ਸੁਣੂ ਤਾਂ ਉਲਟੀ ਚੀਜ਼ ਸੁਣ ਕੇ ਆਊ। ਸੱਚੇ ਸੁਣਨ ਨੂੰ ਪਠਾਏ, ਸੁਣੋ ਸੱਤ ਬਾਣੀ। ਜੇ ਸੱਤ ਬਾਣੀ ਨਾ ਸੁਣੇ ਫਿਰ ਉਹਦਾ ਨਾਰਾਜ਼ ਹੋਣਾ ਤਾਂ ਫਿਰ ਜਾਇਜ਼ ਹੈ। ਜਦ ਤੈਨੂੰ ਕਿਹਾ ਸੱਤ ਬਾਣੀ ਸੁਣਨੀ ਹੈ, ਬਾਕੀ ਸੁਣਨਾ ਹੀ ਕੁਛ ਨਹੀਂ, तै क्यों सुनया बी। न्याणे जो बाजार ले जावांगे उन्होंने तो 100 चीज़ा मंगणिया ही ने, मंगणिया ने ना देवे उन्हें रोना भी है। इतों तो नाल जाते रोंदा था ना या फिर लैके दे जाते इन्होंने को मंगता दो गल्लां ने ले जाने उन्होंने खुशी करने वास्ते हो गया नाराज। वो चीज़ उन्होंने लैके एक नहीं देनी डिमांडा उहदियां क्रिएट करती 50 सौदे उन्होंने बहुत दिखाते बाजार दिखाता लैके उन्होंने कुछ नहीं दिंदे फिर उन्होंने दिखाना ही क्यों है। उन्होंने बाजार नहीं लैके जाना चाहिए। उन्होंने यह जहा समान दिखाओ ही ना जो दिखाओगे वो अंदर इच्छा पैदा होनी होनी है। इन्नी अकल नहीं ना है वो अंदर इच्छा असी पैदा करते हैं सानू पता ही नहीं भी असी की गलती करती। बहुते जिहड़े बड़े लीडर होंदे ने न्याणिआं नूं नहीं हर जगह जाण दिंदे संगत नहीं करन दिंदे किसे दी कल्ले ही पढ़दे ने। उन्हां दे पढ़ाउंदे भी टीचर कल्लिआं नूं ने। जिन्ने बड़े बड़े राजे होंदे ने वो कल्ले ही पढ़दे हुंदे या फिर उस स्टैंडर्ड के होंगे ने उन्होंने स्कूलों बड़े स्कूलों स्टैंडर्ड अड्ड होता ना खर्चा भी तो ही ज़्यादा होना। हाँ जी।